ਸ ਸਾਕੀ ਦੀ ਕਹਾਣੀ ਛੋਟਾ ਸਿੰਘ ਦਾ ਬਾਕੀ ਦਾ ਭਾਗ ਮੈਂ ਕਾਰੋਂ ਬਾਹਰ ਨਿਕਲ ਦੇਖਿਆ ਉਸ ਥਾਂ ਉਹੀ ਫੌਜੀ ਸਰਦਾਰ ਵੀ ਖੜਾ ਸੀ ਅਜੇ ਵੀ ਉਹਦੀ ਛਾਤੀ ਤੇ ਬਹੁਤ ਸਾਰੇ ਤਗਮੇ ਚਮਕ ਰਹੇ ਸਨ ਕਿਸੇ ਹਿੰਦੁਸਤਾਨੀ ਬੰਦੇ ਦੀ ਤਗਮਿਆਂ ਨਾਲ ਭਰੀ ਛਾਤੀ ਵੇਖ ਮੇਰਾ ਮਨ गर्व ਨਾਲ ਭਰ ਗਿਆ ਤੇ ਰੋਕਦੇ ਰੋਕਦੇ ਵੀ ਮੈਂ ਉਹਨੂੰ ਸਲੂਟ ਮਾਰ ਦਿੱਤਾ ਛੋਟਾ ਸਿੰਘ ਪਤਾ ਅਸੀਂ ਤੈਨੂੰ ਇੱਥੇ ਕਿਉਂ ਲਿਆਏ ਆ ਮੈਂ ਨਾਹ ਚ ਸਿਰ ਹਿਲਾ ਦਿੱਤਾ ਉਹ ਸਰਦਾਰ ਅਫਸਰ ਗੱਲ ਪੂਰੀ ਕਰਨ ਲੱਗਾ ਛੋਟਾ ਸਿੰਘ ਇਸ ਥਾਂ ਦੌੜਾਂ ਹੋ ਰਹੀਆਂ ਨੇ ਬਾਹਰ ਦੇ ਮੁਲਕਾਂ ਦੇ ਵੀ ਕਈ ਜਣੇ ਆਏ ਹੋਏ ਨੇ ਤੂੰ ਜੇਲ੍ਹ 'ਚ ਕਿਹਾ ਸੀ ਤੂੰ ਬਹੁਤ ਲੰਬਾ ਦੌੜ ਸਕਦਾ ਮੈਂ ਤੇਰੀ ਜ਼ਬਾਨ ਤੇ ਭਰੋਸਾ ਕੀਤਾ ਹੈ ਤੈਨੂੰ ਨਸਾ ਕੇ ਨਹੀਂ ਦੇਖਿਆ ਤੇ ਇਹਨਾਂ ਲੋਕਾਂ 'ਚ ਲਿਆ ਖੜਾ ਕਰ ਦਿੰਦਾ ਹੈ ਇਹਨਾਂ 'ਚ ਇੱਕ ਹੋਰ ਹਿੰਦੁਸਤਾਨੀ ਵੀ ਹੈ ਪਰ ਮੈਨੂੰ ਉਮੀਦ ਤੇਰੇ ਤੇ ਹੈ ਤੂੰ ਇਹਨਾਂ ਸਭ ਨਾਲ 26 ਮੀਲ ਇੱਕੋ ਸਾਂ ਨਸੜ ਬਹਾਦਰ ਬਣ ਕਿਸੇ ਨੂੰ ਅੱਗੇ ਨਹੀਂ ਲੰਘਣ ਦੇ ਤੇਰੇ ਨਾਲ ਇੱਕ ਗੱਡੀ ਹੋਏਗੀ ਉਹ ਤੈਨੂੰ ਰਾਹ ਦਿਖਾਏਗੀ ਯਾਦ ਰੱਖੀ ਜੇ ਤੂੰ ਪਹਿਲੇ ਨੰਬਰ ਤੇ ਆ ਗਿਆ ਤਾਂ ਤੇਰੀ ਜਿਉਣੀ ਹੀ ਬਦਲ ਜਾਏਗੀ ਉਸ ਤਗਮਿਆਂ ਵਾਲੇ ਫੌਜੀ ਅਫਸਰ ਨੇ ਇਹ ਕਹਿੰਦੇ ਆ ਆਪਣਾ ਹੱਥ ਮੇਰੇ ਮੋਢੇ ਤੇ ਧਰ ਦਿੱਤਾ ਪਤਾ ਨਹੀਂ ਕਿਉਂ ਪਹਿਲੀ ਵਾਰੀ ਮਹਿਸੂਸ ਹੋਇਆ ਜਿਵੇਂ ਮੈਨੂੰ ਵੀ ਕੋਈ ਪਿਆਰ ਕਰਦਾ ਹੈ ਛੋਟਾ ਸੰਖ ਕਹਾਣੀ ਦੱਸਦਾ ਜਾ ਰਿਹਾ ਸੀ ਬੜੇ ਚਿਰ ਪਿਛੋਂ ਮੈਂ ਆਪਣਾ ਸੱਜਾ ਪੈਰੀਕ ਲਾਈਨ ਤੇ ਰੱਖੀ ਖੜਾ ਸੀ ਮੇਰੇ ਨਾਲ ਹੋਰ ਵੀ ਕਈ ਬੰਦੇ ਸਨ ਉਹਨਾਂ ਚੋਂ ਇੱਕ ਹਿੰਦੁਸਤਾਨੀ ਤੇ ਬਾਕੀ ਸਾਰੇ ਬਾਹਰ ਦੇ ਸਨ ਉਹ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ। ਉਹਨਾਂ ਪੈਰੀ ਫਲੀਟ ਤੇ ਕਈਆਂ ਜੁੱਤੇ ਪਹਿਨ ਰੱਖੇ ਸਨ। ਉਹਨਾਂ ਦੀ ਬੋਲੀ ਵੀ ਸਾਡੇ ਨਾਲੋਂ ਆੱਡ ਸੀ। ਬਾਰ-ਬਾਰ ਮੇਰੇ ਵੱਲ ਦੇਖਦੇ ਹੋਏ ਗਿਟਮਿਟ ਕਰਕੇ ਹੱਸੀ ਜਾ ਰਹੇ ਸੀ। ਸ਼ਾਇਦ ਉਹ ਮੇਰੇ ਨੰਗੇ ਪੈਰਾਂ ਤੇ ਤੇੜ ਪਹਿਣੇ ਕੱਚੇ ਕਰਕੇ ਸੀ। ਇੱਕ ਵਾਰੀ ਮੇਰੇ ਮਨ 'ਚ ਆਇਆ ਉਹਨਾਂ ਨੂੰ ਪੈ ਜਾਵਾਂ ਪਰ ਮੈਂ ਮਸਾ ਆਪਣੇ ਆਪ ਤੇ ਕਾਬੂ ਕੀਤਾ। ਛੋਟਾ ਸਿੰਘ ਬੋਲਦਾ-ਬੋਲਦਾ ਕੁਝ ਪਲਾਂਨੀ ਚੁੱਪ ਕਰ ਗਿਆ। ਉਹਦੀਆਂ ਅੱਖਾਂ ਪਹਿਲਾਂ ਵਾਂਗ ਬੰਦ ਹੋ ਗਈਆਂ। ਫਿਰ ਉਹਨ ਜੀ ਅੱਖਾਂ ਬੰਦ ਕੀਤਿਆਂ ਕਹਾਣੀ ਸੁਣਾਉਣ ਲੱਗਾ ਫਿਰ ਇੱਕ ਪਟਾਕਾ ਵਜਿਆ ਇਹ ਕਹਿ ਕੇ ਛੋਟਾ ਸਿੰਘ ਨੇ ਅੱਖਾਂ ਖੋਲੀਆਂ ਜਿਵੇਂ ਪਟਾਕੇ ਦੀ ਆਵਾਜ਼ ਉਹਨੂੰ ਜਗਾ ਦਿੱਤਾ ਹੋਵੇ ਅਸੀਂ ਸਾਰੇ ਨਸਣ ਲੱਗੇ ਉਹ ਬੂਟਾਂ ਵਾਲੇ ਕੁਝ ਕੋਈ ਮੇਰਾ ਸਾਥ ਦੇ ਸਕੇ ਉਹ ਹਫਦੇ ਹੋਏ ਹੌਲੀ-ਹੌਲੀ ਇੱਕ ਕਰਕੇ ਪਿੱਛੇ ਰਹਿਣ ਲੱਗੇ ਕੁਛੇਰ ਬਾਅਦ ਜਦੋਂ ਮੈਂ ਪਿੱਛੇ ਮੁੜ ਦੇਖਿਆ ਤਾਂ ਮੈਨੂੰ ਕੋਈ ਨਾ ਦਿਸਿਆ ਮੈਂ ਇਕੱਲਾ ਨਸਤਾ ਜਾ ਰਿਹਾ ਸੀ ਜਦੋਂ ਵੀ ਮੇਰੀ ਚਾਲ ਹੌਲੀ ਹੁੰਦੀ ਮੈਨੂੰ ਉਸ ਤਗਮਿਆਂ ਵਾਲੇ ਫੌਜੀ ਅਫਸਰ ਦੇ ਬੋਲ ਸੁਣਾਈ ਦਿੰਦੇ ਯਾਦ ਰੱਖੀਂ ਜੇ ਤੂੰ ਪਹਿਲੇ ਨੰਬਰ ਤੇ ਆਇਆ ਤੇ ਰੀਜੀ ਹੁਣੀ ਬਦਲ ਜਾਏਗੀ ਹਰ ਵਾਰੀ ਇਸ ਸੋਚ ਦੇ ਨਾਲ ਜਿਵੇਂ ਮੇਰੀਆਂ ਟੰਗਾਂ ਨਾਲ ਤੂਫਾਨ ਬਣਿਆ ਜਾਂਦਾ ਮੈਂ ਵੱਡੀਆਂ ਵੱਡੀਆਂ ਡੰਗਾ ਪੁੱਟ ਤੇਜ਼ ਤੇਜ਼ ਨਸਣ ਲੱਗਦਾ ਮੇਰੇ ਅੱਗੇ ਟੁਰ ਹੀ ਜਾਂਦੀ ਉਹ ਗੱਡੀ ਜਿੰਨੀ ਰਫ਼ਤਾਰ ਫੜਦੀ ਮੇਰੇ ਪੈਰੋਂ ਤੋਂ ਵੀ ਤੇਜ਼ ਹੁੰਦੇ ਜਾਂਦੇ ਦਸੇ ਰਾਹਾਂ ਤੇ ਦੌੜਦਾ ਮੈਂ ਮੁੜ ਉੱਥੇ ਪਹੁੰਚਿਆ ਜਿੱਥੋਂ ਮੈਂ ਦੌੜ ਸ਼ੁਰੂ ਕੀਤੀ ਸੀ ਉਸ ਥਾਂ ਮੈਨੂੰ ਲੋਕਾਂ ਦੀ ਇੱਕ ਵੱਡੀ ਭੇਡ ਜੁੜੀ ਤੇ ਸੀ ਬਹੁਤ ਸਾਰੇ ਆਪਣੇ ਦੇਸ਼ ਦੇ ਲੋਕਾਂ ਦੀ ਭੀੜ ਉਹ ਹੱਥ ਹਿਲਾ ਹਿਲਾ ਸ਼ੋਰ ਮਚਾ ਰਹੇ ਸਨ ਤੇ ਜਦੋਂ ਲਕੀਰ ਦੇ ਬਨੇ ਤਾਗੇ ਨੂੰ ਤੋੜ ਮੈਂ ਅੱਗੇ ਲੰਘਿਆ ਤਾਂ ਉਹਦੀਆਂ ਉਹਨਾਂ ਦੀਆਂ ਤਾਲੀਆਂ ਦੀ ਗੂੰਜਾਰ ਮੈਨੂੰ ਸੁਣਾਈ ਦਿੱਤੀ ਮੈਨੂੰ ਪਤਾ ਹੀ ਨਹੀਂ ਲੱਗਾ ਉਹ ਕਿਹੜੇ ਬੰਦੇ ਸੀ ਜਿਨ੍ਹਾਂ ਮੇਰੇ ਜੇ ਉਮਰ ਕੈਦੀ ਦਾ ਗਲ ਫੁੱਲਾਂ ਦੇ ਹਾਰਾਂ ਨਾਲ ਭਰ ਦਿੱਤਾ ਸੀ ਜੀਵਨ 'ਚ ਪਤਾ ਨਹੀਂ ਮੈਂ ਦਰਬਾਰਾ ਸਿੰਘ ڈاکੂ ਨਾਲ ਕਿੰਨੇ ਕੋ ਦੌੜਿਆ ਸੀ ਪਰ ਜਦੋਂ ਜ਼ਿੱਲਤ ਤੇ ਮੌਤ ਦੇ ਡਰ ਤੋਂ ਸਿਵਾ ਹੋਰ ਕੁਝ ਨਾ ਮਿਲਿਆ ਸਮੇਂ ਨਾ ਭਵੇ ਕਹੀ ਚਮਤਕਾਰੀ ਦੌੜ ਸੀ ਜਿਸ ਮੈਨੂੰ ਸਨਮਾਨ ਦਿੱਤਾ ਫਿਰ ਤੱਕ ਮਿਆਂ ਵਾਲਾ ਉਹੀ ਫੌਜੀ ਅਫਸਰ ਮੇਰੇ ਕੋਲ ਆਇਆ ਅਜੇ ਮੈਂ ਆਪਣਾ ਹੱਥ ਸਲੂਟ ਮਾਰਨ ਲਈ ਚੁੱਕਣ ਹੀ ਲੱਗਾ ਸੀ ਉਸ ਮੈਨੂੰ ਮੁੜਕੇ ਨਾਲ ਭਿੱਜੇ ਨੂੰ ਆਪਣੇ ਨਾਲ ਘੁੱਟ ਲਿਆ ਮੈਂ ਦੇਖਿਆ ਜਿਹੜੇ ਬਾਹਰ ਦੇ ਬੰਦੇ ਹੱਸਦੇ ਹੱਸਦੇ ਮੇਰੇ ਨਾਲ ਨਸੇ ਸਨ ਕਿੰਨੀ ਦੇਰ ਬਾਅਦ ਉਸਥਾਂ ਤੇ ਪਹੁੰਚੇ ਉਹਨਾਂ ਚੋਂ ਕੋਈ ਵੀ ਮੇਰੇ ਵੱਲ ਨਹੀਂ ਸੀ ਦੇਖ ਰਿਆ ਮੈਨੂੰ ਦੌੜਾਉਣ ਵਾਲਿਆਂ ਦੱਸਿਆ ਕਿ ਮੈਂ ਰਿਕਾਰਡ ਤੋੜ ਦਿੱਤਾ ਸੀ ਬਸ ਮੇਰੇ ਜੀਵਨ ਦਾ ਦੁੱਖਾਂ ਭਰਿਆ ਉਹ ਅਖੀਰੀ ਦਿਨ ਸੀ ਫਿਰ ਜਿਹੜਾ ਵੀ ਨਵਾਂ ਸੂਰਜ ਉਗਦਾ ਮੇਰੇ ਲਈ ਸੁੱਖ ਦਾ ਸੁਨੇਹਾ ਲੈ ਕੇ ਆਉਂਦਾ ਸਰਕਾਰ ਮੇਰੀ ਉਮਰ ਕੈਦ ਮਾਫ ਕਰ ਦਿੱਤੀ ਮੈਨੂੰ ਉਸੇ ਤਗਮਿਆਂ ਵਾਲੇ ਅਫਸਰ ਫੌਜ ਫੌਜ ਵਿੱਚ ਸੂਬੇਦਾਰ ਪ੍ਰਤੀ ਕਰ ਲਿਆ ਕਹਾਣੀ ਦੱਸਦਾ ਦੱਸਦਾ ਛੋਟਾ ਸਿੰਘ ਰੁਕ ਗਿਆ ਉਹਨੇ ਇੱਕ ਵਾਰੀ ਫੇਰ ਪਹਿਲਾਂ ਵਾਂਗ ਅੱਖਾਂ ਬੰਦ ਕਰ ਲਈਆਂ ਜਿਵੇਂ ਉਹ ਬੀਤੇ ਦਿਨਾਂ ਚੋਂ ਦੁੱਖ ਤੇ ਸੁੱਖ ਭਰੀਆਂ ਯਾਦਾਂ ਨੂੰ ਸਮੇਟ ਆਪਣੇ ਮਨ 'ਚ ਇਕੱਠਾ ਕਰ ਰਿਹਾ ਹੋਵੇ ਕੁੱਚਰਵਾਦ ਕੰਕੂਲੋ ਫੇਰ ਬੋਲਣ ਲੱਗਾ ਫਿਰ ਮੈਂ ਜਿੱਥੇ ਵੀ ਗਿਆ ਭਾਵੇਂ ਕੋਈ ਸ਼ਹਿਰ ਸੀ ਕੋਈ ਦੇਸ਼ ਸੀ ਦੌਰ ਛਮੇਸ਼ਾ ਸਭ ਤੋਂ ਮਰੇ ਰਿਹਾ ਹਰ ਥਾਂ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ ਫਿਰ ਮੇਰਾ ਵਿਆਹ ਹੋ ਗਿਆ ਹੁਣੇ ਪਤਨੀ ਹੈ ਦੋ ਬੱਚੇ ਨੇ ਤੁਸੀਂ ਆਪਣੇ ਜੀਵਨ ਦੀ ਕੋਈ ਬਹੁਤ ਰੋਚਕ ਘਟਨਾ ਦੱਸ ਸਕਦੇ ਹੋ ਮੇਰੇ ਮੂੰਹੋਂ ਇਹ ਸਵਾਲ ਸੋਣ ਇੱਕ ਵਾਰੀ ਛੋਟਾ ਸਿੰਘ ਕਿਸੇ ਸੋਚ ਚ ਪੈ ਗਿਆ ਪਰ ਮੋੜ ਮੇਰੇ ਵੱਲ ਦੇਖਦਾ ਇੱਕ ਘਟਨਾ ਦੱਸਣ ਲੱਗਾ ਇੰਜ ਤਾਂ ਸਾਰਾ ਜੀਵਨ ਹੀ ਰੋਮਾਂਚਿਕ ਹੈ कोरोना ਚੋਈ ਇੱਕ ਘਟਨਾ ਬਹੁਤ ਮਜ਼ੇਦਾਰ ਹੈ ਇੱਕ ਵਾਰੀ ਅਸੀਂ ਇੰਗਲੈਂਡ ਗਏ ਉਸ ਥਾਂ ਦੀ ਦੌੜ 'ਚ ਮੈਂ ਪਹਿਲੇ ਨੰਬਰ ਤੇ ਸੀ ਅਜੇ ਮੈਂ ਪੀੜ 'ਚ ਖਿਰਿਆ ਖੜਾ ਸੀ ਕਿ ਇੱਕ ਅੰਗਰੇਜ਼ ਕੁੜੀ ਹੱਥ 'ਚ ਪੈਨ ਤੇ ਛੋਟੀ ਜੀ ਕਾਪੀ ਫੜੀ ਮੇਰੇ ਵੱਲ ਆਉਂਦੀ ਦੀ ਸੀ ਉਹਨੇ ਪਤਾ ਨਹੀਂ ਅੰਗਰੇਜ਼ੀ 'ਚ ਕੀ ਕਿਹਾ ਮੇਰੇ ਨਾਲ ਖੜੇ ਬੰਦੇ ਨੇ ਦੱਸਿਆ ਵੀ ਉਹ ਇਸ ਕਾਪੀ ਤੇ ਮੈਨੂੰ ਆਪਣਾ ਨਾਂ ਲਿਖਣ ਲਈ ਕਹਿ ਰਹੀ ਸੀ ਮੈਂ ਹੈਰਾਨ ਸੀ ਕਿ ਕੀ ਕਰੇਗੀ ਉਹ ਇਸ ਨਾਂ ਦਾ ਮੈਂ ਉਦੇ ਹੱਥੋਂ ਕਾਪੀ ਤੇ ਪੈਨ ਫੜ ਲਿਆ ਤੇ ਮੈਂ ਤਿੰਨ ਜਮਾਤਾਂ ਤੀਕ ਪੰਜਾਬੀ ਪੜਿਆ ਸੀ ਅੰਗਰੇਜ਼ੀ 'ਚ ਮਸਾ ਹੀ ਮੈਨੂੰ ਆਪਣਾ ਨਾਮ ਲਿਖਣਾ ਆਉਂਦਾ ਸੀ ਮੈਂ ਮਨ 'ਚ ਸੋਚਿਆ ਅੰਗਰੇਜ਼ ਕੁੜੀ ਐ ਕਿਉਂ ਨਾ ਅੰਗਰੇਜ਼ੀ 'ਚ ਨਾਮ ਲਿਖ ਕੇ ਰੋਮ ਮਾਰ ਦੇਵਾਂ ਮੈਂ ਹੌਲੇ ਹੌਲੇ ਪੈਨ ਟਕਾ ਕੇ ਉਹਦਾ ਕਾਪੀ ਤੇ ਛੋਟਾ ਸਿੰਘ ਲਿਖਣ ਲੱਗਾ ਜਿੰਨੀ ਦੇਰ ਕਾ ਪੈਨ ਕਾਪੀ ਤੇ ਰਿਹਾ ਉਹ ਕੁੜੀ ਇੱਕ ਤੱਕ ਮੇਰੇ ਮੂੰਹ ਹਲ ਵੇਖਦੀ ਰਹੀ ਫਿਰ ਝਟਕੇ ਨਾਲ ਮੇਰੇ ਕੋਲ ਅੰਗਰੇਜ਼ੀ 'ਚ ਕੇਵਲ ਛੋਟਾ ਹੀ ਲਿਖਿਆ ਗਿਆ ਸੀ ਅੱਖਰ ਰੱਡੇ ਵੱਡੇ ਵੱਡੇ ਸੀ ਵੀ ਸਿੰਘ ਲਈ ਥਾਂ ਹੀ ਨਹੀਂ ਸੀ ਬੱਚੀ ਇਨਾ ਕਹਿ ਛੋਟਾ ਸਿੰਘ ਜ਼ੋਰ ਦੀ ਹਸਣ ਲੱਗਾ ਉਸ ਬੰਦੇ ਨਾਲੇ ਮੇਰੀ ਪਹਿਲੀ ਮੁਲਾਕਾਤ ਸੀ ਜਦੋਂ ਮੈਂ ਉਹਦੇ ਘਰੋਂ ਬਾਹਰ ਨਿਕਲਿਆ ਤੇ ਮੇਰਾ ਅੰਦਰ ਪਿਆਰ ਤੇ ਨਿਗਰ ਨਾਲ ਭਰਿਆ ਪਿਆ ਸੀ ਮੈਂ 1-2 ਦਿਨ ਮਾਂ ਕੋਲ ਰਹਿ ਨੌਕਰੀ ਤੇ ਚਲਾ ਗਿਆ ਫਿਰ 2 ਮਹੀਨਿਆਂ ਬਾਅਦ ਘਰ ਮੁੜਿਆ ਮੈਂ ਹੌਲੀ-ਹੌਲੀ ਗਲੀ ਪਾਰ ਕਰਦਾ ਆ ਰਿਹਾ ਸੀ ਆਪਣੇ ਘਰ ਨੇੜੇ ਪਹੁੰਚ ਮੇਰੀ ਨਜ਼ਰ ਛੋਟਾ ਸਿੰਘ ਦੇ ਮਕਾਨ ਤੇ ਚਲੀ ਗਈ ਉਹਦਾ ਬਾਹਰਲਾ ਬੂਆ ਬੰਦ ਸੀ ਉੱਤੇ ਜਿੰਦਰਾ ਬੱਜਿਆ ਸੀ ਘਰ ਆ ਮਾਂ ਨੂੰ ਮੱਥਾ ਟੇਕ ਸਭ ਤੋਂ ਪਹਿਲਾ ਸਵਾਲ ਛੋਟਾ ਸਿੰਘ ਬਾਰੇ ਸੀ ਮਾਣੇ ਦੱਸਿਆ ਵੀ ਉਹ ਇਸ ਘਰ 'ਚ ਕਮੀਨਾ ਹੀ ਰਿਹਾ ਗੱਲਾਂ-ਗੱਲਾਂ 'ਚ ਮਾਂ ਕੋਲੋਂ ਉਹਦੀ ਘਰਵਾਲੀ ਬਾਰੇ ਪਤਾ ਲੱਗਾ ਉਹ ਆਪ ਜਿੰਨਾ ਚੰਗਾ ਸੀ ਪਤਨੀ ਉੰਨੀ ਖਰਾਬ ਉਹਨਾਂ ਦੇ ਘਰ ਕਈ ਵਾਰ ਇੱਕ ਕੋਪਰਾ ਬੰਦਾ ਵੀ ਆਉਂਦਾ ਦੇਖਿਆ ਗਿਆ ਸੀ ਜਿਹੜਾ ਛੋਟਾ ਸਿੰਘ ਨਾਲ ਫੌਜ 'ਚ ਨੌਕਰੀ ਕਰਦਾ ਸੀ ਉਹਨਾਂ ਦੋਹਾਂ ਦੇ ਸਾਫ਼-ਸੁਥਰੇ ਸਬੰਧ ਨਾ ਹੋਣ ਕਰਕੇ ਕਈ ਵਾਰੀ ਪਤੀ-ਪਤਨੀ 'ਚ ਉੱਚੀ ਬੋਲਚਾਲ ਵੀ ਹੋ ਜਾਂਦੀ ਛੋਟਾ ਸਿੰਘ ਪਿਸ਼ਾਬ ਦੀ ਬਿਮਾਰੀ ਨਾਲ ਪੀੜਤ ਸੀ ਪਤਨੀ ਇਸ ਲਈ ਉਹਨੂੰ ਮਿਹਣੇ ਵੀ ਮਾਰਦੀ ਰਹਿੰਦੀ ਇੱਕ ਮਹੀਨੇ ਬਾਅਦ ਉਹ ਘਰ ਛੱਡ ਕੇ ਕਿਸੇ ਦੂਜੇ ਮਹੱਲੇ 'ਚ ਚਲੇ ਗਏ ਗੱਲ ਭਾਵੇਂ ਆਈ ਗਈ ਹੋ ਗਈ ਪਰ ਮੈਂ ਉਸ ਬੰਦੇ ਨੂੰ ਇੰਨੀ ਛੇਤੀ ਨਾ ਭੁੱਲਿਆ ਜਦੋਂ ਕਦੇ ਵੀ ਮਾਂ ਨੂੰ ਮਿਲਣ ਆਉਂਦਾ ਨਾਲ ਦੇ ਘਰ ਦਾ ਬੰਦ ਬੂਆ ਵੇਖ ਛੋਟਾ ਸਿੰਘ ਦੀ ਬਹੁਤ ਯਾਦ ਆਉਂਦੀ ਇਸ ਤਰ੍ਹਾਂ ਦੋ ਬਰੇ ਲੰਘ ਗਏ ਫਿਰ ਇੱਕ ਵਾਰੀ ਜਦੋਂ ਮੈਂ ਰਾਤੀ ਘਰ ਆਇਆ ਤਾਂ ਅਖੀਰੀ ਬਸ ਹੋਣ ਕਰਕੇ ਬਹੁਤ ਹਨੇਰਾ ਹੋ ਗਿਆ ਸੀ ਤੇ ਜਦ ਮੈਂ ਕੱਪੜੇ ਬਦਲ ਹੀ ਰਿਹਾ ਸੀ ਕਿ ਮਾਂ ਨੇ ਇੱਕ ਕਾਰਡ ਦਿੱਤਾ ਛੋਟਾ ਸਿੰਘ ਦੀਆਂ ਦੋਵੇਂ ਕੁੜੀਆਂ ਦਾ ਵਿਆਹ ਸੀ ਸਮਝਣਾ ਪਈ ਵੀ 9-10 ਸਾਲਾਂ ਦੀਆਂ ਕੁੜੀਆਂ ਦੇ ਵਿਆਹ ਕਿਵੇਂ ਤੈ ਹੋ ਗਏ ਸੀ ਰਾਤੀ ਰੋਟੀ ਖਾ ਕੇ ਜਦੋਂ ਅਸੀਂ ਸੌਣ ਲੱਗੇ ਤਾਂ ਮਾਂ ਨਾਲ ਛੋਟਾ ਸਿੰਘ ਦੀਆਂ ਗੱਲਾਂ ਚੱਲ ਪਈਆਂ ਮਾਂ ਨੇ ਜੋ ਕੁਝ ਉਸ ਕਾੜ ਦੇਣ ਵਾਲੇ ਬੰਦੇ ਬਾਰੇ ਕਿਹਾ ਉਹ ਮੈਨੂੰ ਦੱਸਣ ਲੱਗੀ ਮਾਂ ਦੀ ਪਹਿਲੀ ਗੱਲ ਸੁਣ ਜਿਵੇਂ ਮੈਂ ਠੱਠੰਬਰ ਕੇ ਰਹਿ ਗਿਆ ਉਸ ਦੱਸਿਆ ਛੋਟਾ ਸਿੰਘ ਬਹੁਤ ਬਿਮਾਰ ਸੀ ਦੂਜੇ ਉਹਦੀ ਪਤਨੀ ਦੋਵਾਂ ਕੁੜੀਆਂ ਤੇ ਆਪਣੇ ਬਿਮਾਰ ਪਤੀ ਨੂੰ ਇਕੱਲਾ ਛੱਡ ਉਸ ਬੰਦੇ ਨਾਲ ਨਸ ਗਈ ਜਿਹੜਾ ਅਕਸਰ ਉਹਨਾਂ ਦੇ ਘਰ ਆਇਆ ਕਰਦਾ ਸੀ ਉਸ عورت ਨੂੰ ਕੇਵਲ ਆਪਣੀ ਸਰੀਰਤ ਆਪਣਾ ਸਰੀਰਕ ਸੁੱਖ ਪਿਆਰਾ ਸੀ ਛੋਟਾ ਸਿੰਘ ਤੇ ਵੱਡਾ ਆਦਮੀ ਹੋਣ ਦੀ ਉਸਨੇ ਪਰਵਾਹ ਨਾ ਕੀਤੀ ਇਸੇ ਸੁੱਖਾਂ ਲਈ ਸਮਾਜਿਕ ਬੰਧਨ ਉਲੰਘ ਪਰਾਏ ਪੁਰਸ਼ ਨਾਲ ਨਸਣਾ ਨੂੰ ਬੁਰਾ ਨਾ ਲੱਗਾ ਮੈਂ ਦੇਖਿਆ ਉਸ ਤੋਂ ਬਾਅਦ ਮਾਂ ਕਿੰਨਾ ਚਿਰ ਉਸ عورت ਨੂੰ ਕੋਸਦੀ ਰਹੀ ਜਿਸ ਨਾਲ ਸਾਡਾ ਕੇਵਲ ਇੱਕ ਮਹੀਨੇ ਪड़ोसी ਬਣੰਦਾ ਰਿਸ਼ਤਾ ਰਿਹਾ ਸੀ ਮਾਂ ਬਰਬਰੇ ਕਹੀ ਜਾ ਰਹੀ ਸੀ ਉਹ ਕਲਮੂਈ ਉਸ ਚੀਤੇ ਜੇ ਮਰਦਪਤੀ ਨੂੰ ਛੱਡ ਕੇ ਇੱਕ ਘਟਿਆ ਤੇ ਗਿੱਦੜ ਜੇ ਬੰਦੇ ਨਾਲ ਮੂੰਹ ਕਾਲਾ ਕਰਕੇ ਨਸ ਗਈ ਉਹ ਰਾਤ ਮੈਂ ਮਸਾਂ ਹੀ ਕੱਟੀ ਅਗਲੇ ਦਿਨ ਮਾਂ ਤੇ ਮੈਂ ਕਾੜ ਉੱਤੇ ਦਿੱਤੇ ਪਤੇ ਤੇ ਛੋਟਾ ਸਿੰਘ ਦੇ ਘਰ ਪਹੁੰਚੇ ਉੱਥੇ ਵਿਆਹ ਵਾਲੀ ਕੋਈ ਰੌਣਕ ਨਹੀਂ ਸੀ ਕੋਈ ਸਜਾਵਟ ਕੋਈ ਵਡਾਈ ਇਕੱਠ ਨਾ ਹੁੰਦਿਆ ਘਰ ਚ ਚਾਰ ਪੰਜ ਬੰਦੇ ਕੰਮ ਕਰ ਰਹੇ ਸੀ ਦੇਖਣ ਚ ਮੁਹੱਲੇ ਵਾਲੇ ਹੀ ਲੱਗੇ ਵੇੜੇ ਚ ਸ਼ਾਮਿਆ ਨਾ ਲੱਗਿਆ ਸੀ ਇੱਕ ਕੰਮ ਕਰਦੇ ਬੰਦੇ ਕੋਲੋਂ ਪੁੱਛਣ ਤੇ ਪਤਾ ਲੱਗਾ ਛੋਟਾ ਸਿੰਘ ਕਮਰੇ 'ਚ ਬਿਮਾਰ ਪਿਆ ਸੀ ਉੱਥੇ ਪਹੁੰਚ ਦੇਖਿਆ ਉਹ ਚਿੱਟੀ ਚਾਦਰ ਉੱਡ ਰੱਖੀ ਸੀ ਉਤੋਂ ਬਾਹਰ ਕੇਵਲ ਉਹਦਾ ਚਿਹਰਾ ਸੀ ਉਹ ਚਿਹਰਾ ਜਿਸ ਤੇ ਅਜੇ ਵੀ ਰੱਬ ਨੇ ਬਹੁਤ ਕਰੀਨੇ ਨਾਲ ਦਾੜੀ ਮੁੱਛਾਂ ਉਗਾਈਆਂ ਸੀ ਜਿਹਦੇ ਨਕਸ਼ਾ ਨੂੰ ਜਿਵੇਂ ਰੱਬ ਨੇ ਬਹੁਤ ਮਿਹਨਤ ਨਾਲ ਘੜ ਉਹਦੇ ਚਿਹਰੇ ਤੇ ਫਿੱਟ ਕੀਤਾ ਸੀ ਜਿਹੜਾ ਮੈਂ ਪਹਿਲੀ ਵਾਰੀ ਚਾਹ ਦਾ ਕੱਪ ਪੀਂਦਿਆਂ ਵੇਖਿਆ ਸੀ ਸੱਚ ਮੁੱਚ ਕਿਸੇ ਨੇ ਵਗਦੇ ਪਾਣੀ ਨੂੰ ਜਿਵੇਂ ਬੰਨ੍ਹ ਮਾਰ ਰੱਖਿਆ ਸੀ ਉਦੇ ਮੰਝੇ ਤੇ ਪੈਨਦ ਵਾਲੇ ਪਾਸੇ ਉਹਦੀਆਂ ਦੋਵੇਂ ਕੁੜੀਆਂ ਬੈਠੀਆਂ ਸਨ ਉਹਨਾਂ ਵਿਆਹ ਵਾਲੇ ਲਾਲ ਜੋੜੇ ਪਹਿਨ ਰੱਖੇ ਸਨ ਉਸੇ ਕਮਰੇ 'ਚ ਛੋਟਾ ਸਿੰਘ ਦੀ ਉਮਰ ਦਾ ਇੱਕ ਹੋਰ ਬੰਦਾ ਦਿਸਿਆ ਮੈਨੂੰ ਸਾਹਮਣੇ ਦੇਖ ਛੋਟਾ ਸਿੰਘ ਨੇ ਚਾਦਰ 'ਚੋਂ ਦੋਵੇਂ ਹੱਥ ਬਾਹਰ ਕੱਢ ਜੋੜ ਦਿੱਤੇ ਮੈਂ ਉਹਦੀ ਮੰਝੀ ਤੇ ਬਹਿ ਗਿਆ ਉਸ ਪਿਆਰ ਨਾਲ ਮੇਰਾ ਹੱਥ ਕੁੱਟ ਲਿਆ ਮੈਨੂੰ ਲੱਗਾ ਜਿਵੇਂ ਅਜੇ ਵੀ ਉਸ ਹੱਥ 'ਚ ਉਹੀ ਨਿਗ ਸੀ ਜਿਹੜਾ ਮੈਂ ਕਦੇ ਪਹਿਲੀ ਵਾਰ ਉਸ ਨਾਲ ਗਲੀਛ ਹੱਥ ਮਿਲਾਉਂਦਿਆਂ ਮਹਿਸੂਸ ਕੀਤਾ ਸੀ ਮੈਂ ਕਾਫੀ ਚਿਰ ਮੰਜੇ ਤੇ ਬੈਠਾ ਰਿਹਾ ਉਹ ਮੇਰੇ ਨਾਲ ਗੱਲਾਂ ਕਰਨ ਲੱਗਾ ਉਹਦੀ ਮੱਦਮ ਪੈਂਦੀ ਆਵਾਜ਼ ਸੰਕੇਤ ਦੇ ਰਹੀ ਸੀ ਕਿ ਉਹਦੀ ਹਾਲਤ ਸੱਚਮੁੱਚ ਖਰਾਬ ਸੀ ਫਿਰ ਉਹ ਆਪਣੀ ਨੇੜੇ ਕੁਰਸੀ ਤੇ ਬੈਠੇ ਬੰਦੇ ਬਾਰੇ ਦੱਸਣ ਲੱਗਾ ਜਿਹੜਾ ਫੌਜ ਚੋਂ ਦਾ ਸੂਬੇਦਾਰ ਮਿੱਤਰ ਸੀ ਉਹ ਆਪਣੀ ਦੋਸਤੀ ਨੂੰ ਪੱਕਾ ਕਰਨ ਲਈ ਆਪਣੇ 13-14 ਸਾਲ ਦੇ ਦੋ ਮੁੰਡਿਆਂ ਦਾ ਵਿਆਹ ਛੋਟਾ ਸਿੰਘ ਦੀ ਕੁੜੀਆਂ ਨਾਲ ਕਰ ਰਿਹਾ ਸੀ ਉਹ ਘਰੋਂ ਬਹੁਤ ਤਕੜਾ ਸੀ ਪਰ ਕੋਈ ਬਰਾਤੀ ਨਹੀਂ ਸੀ ਲੈ ਕੇ ਆਇਆ ਉਹਨੇ ਦਾਤ ਜਿ ਕੇਵਲ ਇੱਕ ਕੰਬਲ ਤੇ 11 ਰੁਪਏ ਲੈਣੇ ਸਵੀਕਾਰ ਕੀਤੇ ਇਹ ਦੇਣਾ ਵੀ ਛੋਟਾ ਸਿੰਘ ਦੀ ਇੱਛਾ ਸੀ ਉਹ ਕੁੜੀਆਂ ਨੂੰ ਨੂਆਂ ਨਹੀਂ ਧੀਆਂ ਬਣਾ ਕੇ ਲੈ ਜਾ ਰਿਹਾ ਸੀ ਮੇਰੇ ਮਨ ਚ ਉਸ ਬੰਦੇ ਬਾਰੇ ਇੰਨੀ ਸ਼ਰਦਾ ਉਮੜੀ ਕਿ ਮੇਰੀਆਂ ਅੱਖਾਂ ਆਪ ਮੁਹਾਰੇ ਬੰਦ ਹੋ ਕੇ ਇੱਕ ਪਲ ਲਈ ਉਹਦੇ ਪੈਰਾਂ ਚ ਝੁੱਕ ਗਈਆਂ ਭਾਵੇਂ ਉਹ ਸਾਰਾ ਦਿਨ ਮੈਂ ਛੋਟਾ ਸਿੰਘ ਦੇ ਘਰ ਹੀ ਰਿਹਾ ਪਰ ਉਸ ਨਾਲ ਬਹੁਤੀਆਂ ਗੱਲਾਂ ਨਾ ਕਰ ਸਕਿਆ ਦੋਵੇਂ ਕੁੜੀਆਂ ਦੇ ਆਨੰਦ ਕਾਰਜ ਵੇਲੇ ਛੋਟਾ ਸਿੰਘ ਮੰਜੇ ਤੇ ਲੰਮਾ ਪਿਆ ਕਮਰੇ ਦੇ ਖੁੱਲਵੇਂ ਬੂਹੇ ਰਾਈ ਸਭ ਕੁਝ ਵੇਖਦਾ ਰਿਹਾ ਕਦੇ ਸਾਰਿਆਂ ਨੂੰ ਪਿੱਛੇ ਛੱਡ ਵਾਣ ਛੱਡ ਜਾਣ ਵਾਲੇ ਉਸ ਬੰਦੇ 'ਚ ਹੁਣ ਇੰਨੀ ਹਿੰਮਤ ਵੀ ਨਹੀਂ ਸੀ ਕਿ ਆਪਣੇ ਮੰਜੇ ਤੋਂ ਖੜਾ ਹੋ ਕੇ ਧੀਾਂ ਦੇ ਆਨੰਦ ਕਾਰਜ ਵੇਲੇ ਗੁਰੂ ਮਹਾਰਾਜ ਦੀ ਥਾਬਿਆ ਬਹਿ ਸਕੇ ਛੋਟਾ ਸਿੰਘ ਦਾ ਸੂਬੇਦਾਰ ਮਿੱਤਰ ਦੋਵਾਂ ਕੁੜੀਆਂ ਦੀ ਢੋਲੀ ਲੈ ਚਲਾ ਗਿਆ ਸਾਰਾ ਕੁਝ ਮਹੱਲੇ ਵਾਲਿਆਂ ਕੀਤਾ ਤਦੋਂ ਮੈਂ ਸ਼ਾਮੀ ਵਿਦਾਈ ਲੈਣ ਛੋਟਾ ਸਿੰਘ ਕੋਲ ਗਿਆ ਤਾਂ ਉਸ ਮੋੜ ਮੈਨੂੰ ਆਪਣੇ ਮੰਜੇ ਤੇ ਬਹਿ ਜਾਣ ਲਈ ਕਿਹਾ। ਉਹਨੇ ਇੱਕ ਵਾਰੀ ਫੇਰ ਪਹਿਲਾ ਵਾਂਗ ਮੇਰਾ ਹੱਥ ਪਿਆਰ ਨਾਲ ਘੁੱਟ ਲਿਆ। ਮੈਂ ਦੇਖਿਆ ਇਸ ਵਾਰੀ ਉਹਦੀਆਂ ਅੱਖਾਂ 'ਚ ਨਮੀ ਸੀ, ਜਿਹੜੀ ਪਤਾ ਨਹੀਂ ਦੁੱਖ ਦੀ ਸੀ ਜਾਂ ਸੁੱਖ ਦੀ। ਤੁਸੀਂ ਠੀਕ ਹੋ ਜਾਓਗੇ। ਮੈਂ ਬਿਸਤਰ ਤੋਂ ਉੱਠਦਿਆਂ ਕਿਹਾ। ਇਹਦੇ ਜਵਾਬ 'ਚ ਉਹ ਕੁਝ ਨਾ ਬੋਲਿਆ ਸਗੋਂ ਅੱਖਾਂ 'ਚ ਉੱਪਰ ਵੱਲ ਇਸ਼ਾਰਾ ਕੀਤਾ। ਮੈਂ ਉਹਦੀ ਤੱਕਣੀ ਦਾ ਸਹੀ ਅਰਥ ਨਾ ਸਮਝ ਸਕਿਆ। ਮੈਨੂੰ ਲੱਗਿਆ ਜਿਵੇਂ ਉਹਨੇ ਕਿਹਾ ਹੋਵੇ ਉੱਪਰ ਵਾਲੇ ਦੀ ਮਰਜ਼ੀ ਹੈ। ਛੋਟਾ ਸਿੰਘ ਕੋਲੋਂ ਵਿਦਾਈ ਲੈ ਮੈਂ ਘਰ ਆ ਗਿਆ ਉਸ ਨਾਲ ਮੇਰੀ ਇਹ ਦੂਜੀ ਮੁਲਾਕਾਤ ਸੀ ਮੈਂ ਕਹਾਣੀ ਦੇ ਸ਼ੁਰੂ ਚ ਦੱਸਿਆ ਕਿ ਉਸ ਬੰਦੇ ਨਾਲ ਮੇਰੀ ਤੀਜੀ ਮੁਲਾਕਾਤ ਇੱਕ ਪਾਸੇ ਸੀ ਹੁਣ ਮੈਂ ਉਹਦਾ ਜ਼ਿਕਰ ਕਰਨ ਲੱਗਾ ਉਸ ਦਿਨ ਛੋਟਾ ਸਿੰਘ ਨੂੰ ਮਿਲ ਕੇ ਮੈਂ ਘਰ ਆ ਗਿਆ ਅਗਲੇ ਦਿਨ ਮੁੜ ਨੌਕਰੀ ਤੇ ਚਲਾ ਗਿਆ ਪਰ ਮੈਂ ਇਸ ਤੋਂ ਬਾਅਦ ਤਾਂ ਉਹਨੂੰ ਭੁੱਲੀ ਨਾ ਸਕਿਆ ਉਹਦਾ ਸੂਬੇਦਾਰ ਮਿੱਤਰ ਤੇ ਦੋਵੇਂ ਕੁੜੀਆਂ ਕਦੇ-ਕਦਾਈਂ ਜ਼ਰੂਰ ਮਨ ਸਾ ਆ ਜਾਂਦੀਆਂ ਇੱਕ ਮਹੀਨੇ ਬਾਅਦ ਜਦੋਂ ਅਖੀਰੀ ਬੱਸ ਫੜ ਮੈਂ ਘਰ ਮੁੜਿਆ ਕਾਫੀ ਨੇਰਾ ਹੋ ਚੱਲਿਆ ਸੀ मां के तो बारवां कपड़े बदल रही थी। ओदा चेहरा बहुत उदास सी लग रहा ਸੀ ਜਿਵੇਂ ਰੋ ਕੇ ਹੱਟੀ ਹੋਵੇ। ਮੈਂ मां ਨੂੰ ਮੱਥਾ ਟੇਕਿਆ ਉਸੇ ਵੇਲੇ ਉਸ ਵਾਲੇਂ ਚ ਟੱਕਿਆ ਜਿਵੇਂ ਪੁੱਛਿਆ ਹੋਵੇ ਸਭ ਠੀਕ ਤਾਂ ਹੈ। ਮੇਰੇ ਵੱਲ ਵੇਖਦੇ ਆਂ मां ਦੀ ਅੱਖਾਂ ਭਰ ਆਈਆਂ। ਉਸ ਦੱਸਿਆ ਕਿ ਛੋਟਾ ਸਿੰਘ ਨਹੀਂ ਰਿਹਾ ਸੀ। मां ਦੀ ਕਹੀ ਗੱਲ ਸੁਣ ਇੱਕ ਵਾਰ ਤਾਂ ਮੇਰਾ ਵੀ ਰੋਣਾ ਨਿਕਲ ਗਿਆ। ਮੈਂ ਉਹਨੂੰ ਛੋਟਾ ਸਿੰਘ ਦੇ ਘਰ ਚੱਲਣ ਲਈ ਕਿਹਾ ਪਰ ਰਾਤ ਬਹੁਤ ਲੰਘ ਜਾਣ ਕਰਕੇ ਉਹ ਨਾ ਮੰਨੀ। ਜਦ ਸਵੇਰੇ ਅਸੀਂ ਛੋਟਾ ਸਿੰਘ ਦੇ ਘਰ ਪਹੁੰਚੇ ਦੂਰੋਂ ਕਾਫੀ ਬੰਦੇ ਗਲੀ 'ਚ ਦਰਿਆ ਤੇ ਬੈਠੇ ਦਿਸੇ ਤਿੰਨ ਚਾਰ ਜਣੇ ਬੰਸਾਂ ਨੂੰ ਰस्सियां ਬਨ ਰਹੇ ਸੀ ਮੈਂ ਅੰਦਰ ਜਾ ਕੇ ਦੇਖਿਆ ਛੋਟਾ ਸਿੰਘ ਧਰਤੀ ਤੇ ਲੰਮਾ ਪਿਆ ਸੀ ਉਹਦਾ ਸਰੀਰ ਚਿੱਟੇ ਚਾਦਰੇ ਨਾਲ ਕੱਜਿਆ ਸੀ ਉਸੇ ਕਮਰੇ 'ਚ ਉਹਦੀਆਂ ਦੋਵੇਂ ਕੁੜੀਆਂ ਕਈ ਔਰਤਾਂ 'ਚ ਘਿਰੀਆਂ ਬੈਠੀਆਂ ਸੀ ਇੱਕ ਪਾਸੇ ਗੋਡਿਆਂ 'ਚ ਸਿਰ ਦਈ ਉਹਦਾ ਸੂਬੇਦਾਰ ਮਿੱਤਰ ਬੈਠਾ ਸੀ ਜਿਸ ਆਪਣੀ ਦੋਸਤੀ ਦੀਆਂ ਕੜੀਆਂ ਪੱਕੀਆਂ ਕਰਨ ਲਈ ਇੱਕ-ਇੱਕ ਕੰਬਲ ਤੇ 11-11 ਰੁਪਏ ਪੇਛੇ ਆਪਣੇ ਦੋਵੇਂ ਮੁੰਡੇ ਛੋਟਾ ਸਿੰਘ ਦੀਆਂ ਕੁੜੀਆਂ ਨਾਲ ਵਿਆਹ ਦਿੱਤੇ ਸਨ। ਉਹ ਰੋ ਨਹੀਂ ਸੀ ਰਿਆ। ਉਹਦੇ ਚਿਹਰੇ ਤੋਂ ਇੰਜ ਲੱਗ ਰਿਆ ਸੀ ਜਿਵੇਂ ਉਹਨੂੰ ਅਜਿਹਾ ਦੁੱਖ ਸੀ ਜਿਹੜਾ ਰੋਣ ਨਾਲੋਂ ਵੀ ਕਿਤੇ ਬਹੁਤਾ ਕਸ਼ਟਾਂ ਭਰਿਆ ਸੀ। ਚਾਰ ਜਣੇ ਗਲੀ ਚਰਥੀ ਤਿਆਰ ਕਰ ਰਹੇ ਸੀ। ਵੇੜੇ ਚ ਲੈ ਆਏ ਛੋਟਾ ਸਿੰਘ ਨੂੰ ਨਵਾ ਕੇ ਉਸਤੇ ਲਟਾ ਦਿੱਤਾ ਗਿਆ। ਅਜਿਹਾ ਹੁੰਦਾ ਵੇਖ ਉਹਦੀਆਂ ਦੋਵੇਂ ਕੁੜੀਆਂ ਚਿੱਕਾ ਮਾਰਦੀਆਂ ਪਿਓ ਦੇ ਸਰੀਰ ਨਾਲ ਚਿਮਟ ਗਈਆਂ। ਇਦੇ ਨਾਲ ਹੀ ਉਸ ਥਾਂ ਇਕੱਠੇ ਹੋਏ ਬੰਦਿਆਂ ਦੀਆਂ ਅੱਖਾਂ 'ਚੋਂ ਵੀ ਪਾਣੀ ਵਗ ਤੁਰਿਆ ਜਿਵੇਂ ਸਾਰਿਆਂ ਦੀ ਅੱਖੀ ਲੱਗੇ ਬੰਨ ਇੱਕੋ ਵਾਰੀ ਇਕੱਠੇ ਟੁੱਟ ਗਏ ਸੀ ਅਰਥੀ ਚੁੱਕ ਬਾਹਰ ਗਲੀ 'ਚ ਲੈ ਉਹਨੂੰ ਮੋਢਾ ਦੇਣ ਵਾਲੇ ਮੱਲੇ ਦੇ ਬੰਦੇ ਤੇ ਉਹਦੇ ਮਿੱਤਰ ਸਨ ਹੌਲੀ-ਹੌਲੀ ਚਾਰ ਜਣੇ ਉਹਨੂੰ ਮੋਢਿਆਂ ਤੇ ਚੁੱਕ ਮੜੀਆਂ ਵੱਲ ਤੁਰ ਪਏ ਅਰਥੀ ਪਿੱਛੇ ਮੁਹੱਲੇ ਦੇ ਬਹੁਤ ਸਾਰੇ ਮਰਦ ਔਰਤਾਂ ਤੇ ਉਹਦੇ ਕਈ ਆਪਣੇ ਦੋਸਤ ਵੀ ਸਨ ਉਹ ਸੁਬੇਦਾਰ ਮਿੱਤਰ ਵੀ ਸੀ ਜਿਹੜਾ ਨਿਵੇਂ ਪਾਈ ਹੌਲੇ-ਹੌਲੇ ਡਿੰਗਾ ਪੁੱਟ ਰਿਹਾ ਸੀ ਉਸ ਪੀੜ ਵਿੱਚ ਮੈਂ ਵੀ ਸੀ ਸਾਡੇ ਸਭ ਦੇ ਚਿਹਰੇ ਉਦਾਸ ਸਨ ਕਈਆਂ ਦੀਆਂ ਅੱਖਾਂ ਨਮ ਸਨ ਸਭ ਨੂੰ ਪਤਾ ਸੀ ਛੋਟਾ ਸਿੰਘ ਮਰ ਗਿਆ ਪਰ ਮੈਂ ਸੀ ਜਿਹਨੂੰ ਅਜੇ ਆ ਨਹੀਂ ਸੀ ਲੱਗ ਰਿਹਾ ਮੈਨੂੰ ਪੀੜ ਚ ਘਰੇ ਟੁਰੇ ਜਾਂਦੇ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਛੋਟਾ ਸਿੰਘ ਮਰਿਆ ਨਹੀਂ ਅਜਿਹੇ ਬੰਦੇ ਕਦੋਂ ਮਰਦੇ ਨੇ ਮੈਨੂੰ ਤਾਂ ਇਸ ਤਰ੍ਹਾਂ ਲੱਗੇ ਜਿਵੇਂ ਉਹਦੇ ਜੀਵਨ ਚ ਜਿੱਤੇ ਸਾਰੇ ਤਗਮੇ ਆਪਣੀ ਚੌੜੀ ਛਾਤੀ ਤੇ ਲਾਂ ਰੱਖੇ ਹੁਣ ਤੇ ਉਹਦੇ ਚਾਰੇ ਪਾਸੇ ਸ਼ੋਰ ਹੋਵੇ ਬਹੁਤ ਸਾਰੀਆਂ ਤਾੜੀਆਂ ਤਾ ਸ਼ੋਰ ਜਿਹੜੀਆਂ ਲੋਕੀ ਉਹਦੀ ਜਿੱਤ ਦੀ ਖੁਸ਼ੀ 'ਚ ਵਜਾ ਰਹੇ ਸੀ ਜਿਵੇਂ ਸਾਰੀ ਭੀੜ ਉਹਦੀ ਜੈ ਜੈਕਾਰ ਕਰ ਰਹੀ ਸੀ ਪਰ ਇੱਕੋ ਸੀ ਜਿਹੜਾ ਸੰਸਾਰ ਦੀ ਦੌੜ 'ਚ ਇਕੱਲਾ ਨਸਿਆ ਜਾ ਰਿਹਾ ਸੀ ਤੇਜ਼ ਬਹੁਤ ਤੇ ਸਭ ਤੋਂ ਮੁਰੇ ਇੱਕ ਭੀੜ ਸੀ ਉਹਦੇ ਮਹੱਲੇ ਵਾਲਿਆਂ ਦੀ ਭੀੜ ਉਹਦੇ ਜਾਣਨ ਵਾਲਿਆਂ ਦੀ ਭੀੜ ਉਹਦੇ ਆਪਣੇਆਂ ਦੀ ਭੀੜ ਜਿਹੜੀ ਉਹਦੇ ਪਿੱਛੇ-ਪਿੱਛੇ ਨਸ ਰਹੀ ਸੀ ਪਰ ਕੋਈ ਵੀ ਤਗਮਿਆਂ ਨਾਲ ਭਰੀ ਚੌੜੀ ਛਾਤੀ ਵਾਲੇ ਛੋਟਾ ਸਿੰਘ ਨੂੰ ਨਹੀਂ ਸੀ ਛੂਹ ਪਾ ਰਿਆ ਕੋਈ ਵੀ ਉਹਦੇ ਬਰਾਬਰ ਨਹੀਂ ਸੀ ਦੌੜ ਰਿਆ ਕੋਈ ਉਸ ਕੋਲ ਮੂਰੇ ਨਹੀਂ ਸੀ ਨਿਕਲ ਰਿਹਾ ਉਹ ਤਾਂ ਕੱਲਾ ਸੀ ਇਸ ਸੰਸਾਰ ਦੀ ਦੌੜ 'ਚ ਬਿਲਕੁਲ ਕੱਲਾ ਉਹ ਤਾਂ ਤੇਜ਼ ਨਸਤਾ ਜਾ ਰਿਹਾ ਸੀ ਬਹੁਤ ਤੇਜ਼ ਜਿਵੇਂ ਤੋਂ ਪਹਿਲਾਂ ਵੀ ਸੈਂਕੜੇ ਵਾਰੀ ਹਜ਼ਾਰਾਂ ਵਾਰੀ ਸਭ ਨੂੰ ਪਿੱਛੇ ਛੱਡ ਅੱਗੇ ਨਿਕਲਦਾ ਰਿਹਾ ਸੀ ਧੰਨਵਾਦ ਸਮਾਪਤ